ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਛੋਟਾ ਵੀਰ ਗੁਰ ਰੰਧਾਵਾ। ਅੱਜ ਰਿਲੀਜ਼ ਹੋਈ ਫਿਲਮ ਲਾਵਾਂ ਫੇਰੀ ਬਹੁਤ ਹੀ ਪਿਆਰੀ ਫਿਲਮ ਹੈ, ਬਹੁਤ ਹੀ ਵਧੀਆ ਇੰਟਰਟੇਨਮੈਂਟ ਮੂਵੀ ਆ। ਕਰਮਜੀਤ ਅਨਮੋਲ ਭਾਜੀ ਨੇ ਪ੍ਰੋਡਿਊਸ ਕੀਤੀ ਮੂਵੀ ਆ ਲਾਵਾਂ ਫੇਰੇ, ਜਿਸ 'ਤੇ ਮੇਨ ਲੀਡ 'ਤੇ ਕੰਮ ਕੀਤਾ ਰੋਸ਼ਨ ਪ੍ਰਿੰਸ ਤਬੀਨਾ ਬਾਜਵਾ। ਅਤੇ ਇਸ ਫਿਲਮ ਨੂੰ ਜਿਹੜਾ ਕਿ ਮਜ਼ਬੂਤੀ ਨਾਲ ਪਕੜ ਬਣਾ ਕੇ ਰੱਖੀ ਗਈ ਆ ਸਾਡੇ ਘੁੱਗੀ ਭਾਅ ਜੀ ਸੰਘਾ ਸਾਹਿਬ, ਕਰਮਜੀਤ ਅਨਮੋਲ ਔਰ ਸਿਮਰਨ ਸਹਿਜਪਾਲ, ਦਿਲਰਾਜ ਉਦੇ, ਇਹਨਾਂ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਆ। ਔਰ ਕਮੇਡੀ ਐਸੇ ਤਰੀਕੇ ਨਾਲ ਜੀਜਿਆਂ ਦੇ ਰਾਹੀਂ ਵਿਖਾਈ ਗਈ ਆ ਕਿ ਜੀਜਿਆਂ ਦੇ ਅੰਦਰ ਦੀਆਂ ਸ਼ਰਾਰਤਾਂ, ਉਹਨਾਂ ਦੇ ਰੋਗ ਵੀ ਨਜ਼ਰ ਆਉਂਦੇ ਆ ਅਤੇ ਜੀਜਿਆਂ ਦੀਆਂ ਮੂਰਖਤਾਈਆਂ ਵੀ ਨਜ਼ਰ ਆਉਂਦੀਆਂ ਫਿਲਮ ਦੇ ਵਿੱਚ ਕਿ ਜੀਜੇ ਕਿੱਦਾਂ ਸ਼ਦਾ ਖਿਲਾਰਦੇ ਆ। ਔਰ ਬੀ ਐੱਨ ਸ਼ਰਮਾ ਸਾਹਿਬ ਅਤੇ ਇੱਕ ਵੱਖਰੇ ਮਿਸਾਲ ਉਹਨਾਂ ਫਿਲਮ 'ਚ ਕਾਇਮ ਕੀਤੀ ਆ ਕਿ ਕੁੜੀ ਦਾ ਪਿਓ ਉਹਦੇ ਮੰਗੇਤਰ ਕੋਲ ਕਿੱਦਾਂ ਤਰਲੇ ਕਢਾਉਂਦਾ ਅਤੇ ਕਿੱਦਾਂ ਡੰਡ ਬੈਠਾ ਕਢਾਉਂਦਾ। ਇਸ ਮੂਵੀ ਨੂੰ ਤੁਸੀਂ ਵੇਖੋਗੇ ਤੁਹਾਡਾ 100% ਕੀ 110% ਪੈਸਾ ਵਸੂਲ ਹੋਵੇਗਾ। ਇੱਕ ਪਰਿਵਾਰਕ ਮੂਵੀ ਆ। ਔਰ ਅੱਜ ਜਦੋਂ ਅਸੀਂ ਇਹਦਾ ਪਹਿਲਾ ਸ਼ੋਅ ਵੇਖ ਰਹੇ ਹਾਲ ਦੇ ਵਿੱਚ, ਫਿਲਮ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪਬਲਿਕ ਦਾ ਹਾਸਾ ਬੰਦ ਨਹੀਂ ਹੋਇਆ, ਸਭ ਤੋਂ ਕਮਾਲ ਦੀ ਗੱਲ ਇਹ ਆ। ਔਰ ਇਸ ਫਿਲਮ ਦੇ ਡਾਇਰੈਕਟਰ ਨੇ ਸਾਡੇ ਸਮੀਪ ਕੰਗ ਭਾਜੀ, ਸਮੀਪ ਕੰਗ ਸਾਹਿਬ ਨੇ ਬਹੁਤ ਵਧੀਆ ਡਾਇਰੈਕਸ਼ਨ ਦਿੱਤੀ ਆ, ਕਮਾਲ ਦੀ ਡਾਇਰੈਕਸ਼ਨ ਕੀਤੀ ਹੈਗੀ ਆ। ਔਰ ਸਾਡੇ ਸਿੱਪੀ ਭਾਜੀ ਉਹਨਾਂ ਦਾ ਗੀਤ ਬਹੁਤ ਪਿਆਰਾ ਗੀਤ ਹੈ ਇਸ ਮੂਵੀ ਦੇ ਵਿੱਚ। ਕੁੱਲ ਮਿਲਾ ਕੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਕਰਮਜੀਤ ਅਨਮੋਲ ਭਾਜੀ ਨੂੰ ਕਿ ਕਰਮਜੀਤ ਭਾਜੀ ਤੁਸੀਂ ਇਸ ਤਰ੍ਹਾਂ ਦੀਆਂ ਮੂਵੀਆਂ ਪੰਜਾਬੀ ਸਿਨੇਮੇ ਨੂੰ ਦਿੰਦੇ ਰਹੋ ਤਾਂ ਕਿ ਪੰਜਾਬੀਆਂ ਦਾ ਉਤਸ਼ਾਹ ਵਧਿਆ ਰਹੇ ਪੰਜਾਬੀ ਫਿਲਮਾਂ ਦੇ ਵੱਲ। ਸਾਡੀ ਇਹ ਬੇਨਤੀ ਆ ਅਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ, ਸ਼ਾਨ ਫਿਲਮ ਪ੍ਰੋਡਕਸ਼ਨ ਅੰਮ੍ਰਿਤਸਰ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਵੀਰਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਵੀ ਕਰੋ ਔਰ ਲਾਈਕ ਵੀ ਕਰੋ ਕਿ ਤੁਹਾਨੂੰ ਹੋਰ ਅਪਡੇਟ ਸਾਡੀਆਂ ਫਿਲਮ ਇੰਡਸਟਰੀ 'ਤੇ ਮਿਲਦੇ ਰਹਿਣ। ਸਤਿ ਸ਼੍ਰੀ ਅਕਾਲ ਵੀਰੋ।